ਹੈਲੋ ਦੋਸਤੋ, ਡਿਜੀਟਲ ਕਲਾਸਰੂਮ 'ਚ ਤੁਹਾਡਾ ਸਵਾਗਤ ਹੈ। ਤਾਂ ਪੰਜਾਬ ਦੇ ਵੱਖ ਵੱਖ ਅਦਾਰਿਆਂ ਦੇ ਦੁਆਰਾ ਜੋ ਵੈਕੈਂਸੀਜ਼ ਆਊਟ ਹੋਈਆਂ ਨੇ, ਆਪਾਂ ਉਹਨਾਂ ਦੇ ਬਾਰੇ ਅੱਜ ਦੇ ਇਸ ਵੀਡੀਓ ਲੈਸਨ ਦੇ ਵਿੱਚ ਡਿਸਕਸ ਕਰਾਂਗੇ। ਤਾਂ ਵੀਡੀਓ ਲੈਸਨ ਸ਼ੁਰੂ ਕਰਨ ਤੋਂ ਪਹਿਲਾਂ, ਜੇਕਰ ਤੁਸੀਂ ਸਾਡਾ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਦਿਓ। ਉਹਦੇ ਨਾਲ ਤੁਹਾਨੂੰ ਜੋ ਮੇਰੀ ਹਰ ਵੀਡੀਓ ਹੈ ਉਸਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ। ਤਾਂ ਪਹਿਲੀਆਂ ਜੋ ਵੈਕੈਂਸੀਜ਼ ਆਪਾਂ ਡਿਸਕਸ ਕਰਨ ਜਾ ਰਹੇ ਨੇ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਦੁਆਰਾ ਜੋ ਵੈਕੈਂਸੀਜ਼ ਆਊਟ ਹੋਈਆਂ ਨੇ, ਅਤੇ ਉਸ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਜੋ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਕਪੂਰਥਲਾ ਦੇ ਦੁਆਰਾ ਵੈਕੈਂਸੀਜ਼ ਆਊਟ ਹੋਈਆਂ ਨੇ ਉਹਨਾਂ ਬਾਰੇ। ਤਾਂ ਸਭ ਤੋਂ ਜੋ ਪਹਿਲੀਆਂ ਵੈਕੈਂਸੀਜ਼ ਨੇ ਆਪਾਂ ਉਹਨਾਂ ਬਾਰੇ ਡਿਸਕਸ ਕਰਦੇ ਹਾਂ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਦੁਆਰਾ ਜੋ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ, ਪਹਿਲੀ ਜੋ ਵੈਕੈਂਸੀ ਆਊਟ ਕੀਤੀ ਗਈ ਹੈਗੀ ਟੈਕਨੀਕਲ ਆਫਿਸਰ ਦੀ ਵੈਕੈਂਸੀ, ਅਤੇ ਇਹਦੀਆਂ ਜੋ ਵੈਕੈਂਸੀਜ਼ ਨੇ ਉਹਨੇ ਇੱਕ ਵੈਕੈਂਸੀ, ਠੀਕ ਹੈ। ਅਤੇ ਇਹਦੇ ਵਿੱਚ ਜੋ ਐਲੀਜੀਬਿਲਟੀ ਕ੍ਰਾਈਟੀਰੀਆ ਇਹਨਾਂ ਨੇ ਰੱਖਿਆ, ਉਹ ਰੱਖਿਆ MSc ਮੈਡੀਕਲ ਵਾਇਰੋਲੋਜੀ ਦੇ ਵਿੱਚ, ਜਾਂ ਫਿਰ ਮਾਈਕਰੋਬਾਇਓਲੋਜੀ ਦੇ ਵਿੱਚ, ਜਾਂ ਬਾਇਓਟੈਕਨੋਲੋਜੀ ਦੇ ਵਿੱਚ, ਜਾਂ ਲਾਈਫ ਸਾਇੰਸਿਸ ਦੇ ਵਿੱਚ। ਤਾਂ ਚਾਰੋਂ ਫੀਲਡਸ ਦੇ ਵਿੱਚੋਂ ਜੇਕਰ ਤੁਸੀਂ ਕਿਸੇ ਇੱਕ ਫੀਲਡ ਵਿੱਚ MSc ਕੀਤੀ ਹੈ ਤਾਂ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ। ਇਹਦਾ ਜੋ ਤੁਹਾਨੂੰ ਸੈਲਰੀ ਦਿੱਤੀ ਜਾਊਗੀ 30,000 ਪਰ ਮੰਥ ਦਿੱਤੀ ਜਾਊਗੀ, ਅਤੇ ਇਹਦੇ ਲਈ ਤੁਹਾਡੇ ਕੋਲ 2 ਸਾਲਾਂ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਮੋਲੀਕਿਊਲਰ ਡਾਇਗਨੋਸਟਿਕ ਲੈਬੋਰਟਰੀ ਦੇ ਵਿੱਚ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ, ਅਤੇ ਉਸ ਤੋਂ ਬਾਅਦ ਇਹਦੇ ਲਈ ਤੁਹਾਡਾ ਕੋਈ ਵੀ ਐਗਜ਼ਾਮ ਨਹੀਂ ਹੋਊਗਾ, ਡਾਇਰੈਕਟ ਤੁਸੀਂ ਇੰਟਰਵਿਊ ਦੇਣਾ ਹੈ। ਜੋ ਤੁਹਾਡਾ ਇੰਟਰਵਿਊ 2/12/2019 ਨੂੰ ਕੰਡਕਟ ਕਰਵਾਇਆ ਜਾਊਗਾ, ਮਤਲਬ ਪਰਸੋਂ ਦੇ ਦਿਨ ਤੁਹਾਡਾ ਜੋ ਇੰਟਰਵਿਊ ਹੈ ਉਹ ਕੰਡਕਟ ਕਰਵਾਇਆ ਜਾਊਗਾ ਚੰਡੀਗੜ੍ਹ ਦੇ ਵਿੱਚ, ਤੁਸੀਂ ਧਿਆਨ ਵਿੱਚ ਇਹ ਗੱਲ ਰੱਖਣੀ ਹੈ। ਤਾਂ ਠੀਕ ਹੈ, ਤਾਂ ਐਡਰੈਸ ਤੁਸੀਂ ਇੱਥੇ ਵੇਖ ਲਓ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਜੋ ਕਿ ਚੰਡੀਗੜ੍ਹ ਦੇ ਵਿੱਚ ਹੈ, ਸੈਕਟਰ 38 ਦੇ ਵਿੱਚ, ਉੱਥੇ ਜਾ ਕੇ ਤੁਸੀਂ ਰਿਪੋਰਟ ਕਰਨਾ ਹੈ। 9 ਵਜੇ ਤੋਂ ਲੈ ਕੇ 10 ਵਜੇ ਤਾਈਂ ਤੁਸੀਂ ਰਿਪੋਰਟ ਕਰ ਸਕਦੇ ਹੋ, ਇਹ ਤੁਹਾਡਾ ਰਿਪੋਰਟਿੰਗ ਟਾਈਮ ਹੈ। ਅਤੇ ਡੇਟ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ 2/12/2019, ਤਾਂ 2 ਦਸੰਬਰ ਨੂੰ ਤੁਹਾਡਾ ਇੰਟਰਵਿਊ ਹੈ। ਅਤੇ ਉਸ ਤੋਂ ਟੈਕਨੀਕਲ ਆਫਿਸਰ ਦੀ ਇੱਕ ਹੋਰ ਵੈਕੈਂਸੀ ਹੈ, ਸੇਮ ਵੈਕੈਂਸੀ ਹੈ, ਇੱਥੇ ਵੀ ਟੈਕਨੀਕਲ ਆਫਿਸਰ ਦੀ, ਇੱਥੇ ਵੀ ਟੈਕਨੀਕਲ ਆਫਿਸਰ ਦੀ ਹੈ, ਲੇਕਿਨ ਇੱਥੇ ਵਾਇਰਲ ਲੋਡ ਟੈਸਟਿੰਗ ਦੀ ਵੈਕੈਂਸੀ ਸੀ, ਅਤੇ HIV SRL ਦੀ ਵੈਕੈਂਸੀ ਹੈ। ਅਤੇ ਇਹਦੇ ਲਈ ਵੀ ਵੈਕੈਂਸੀ ਜੋ ਆਊਟ ਹੋਈ ਹੈ, ਉਹ ਇੱਕ ਵੈਕੈਂਸੀ ਆਊਟ ਹੋਈ ਹੈ। ਅਤੇ ਇਹਦੇ ਲਈ ਜੋ ਐਜੈਂਸ਼ੀਅਲ ਕੁਆਲੀਫਿਕੇਸ਼ਨ ਰੱਖੀ ਉਹ ਸੇਮ ਹੈ ਬਿਲਕੁਲ, ਲੇਕਿਨ ਇਹਦੇ ਵਿੱਚ ਜੇਕਰ ਤੁਸੀਂ MSc ਮੈਡੀਕਲ ਦੇ ਵਿੱਚ ਨਹੀਂ ਕੀਤੀ ਤਾਂ ਵੀ ਚੱਲ ਜਾਊਗਾ, ਲੇਕਿਨ ਤੁਹਾਡੇ ਕੋਲ ਮੈਡੀਕਲ ਗ੍ਰੈਜੂਏਟ ਤੁਸੀਂ ਹੋਣੇ ਚਾਹੀਦੇ ਹੋ, MBBS ਤੁਸੀਂ ਹੋਣੇ ਚਾਹੀਦੇ ਹੋ, ਅਤੇ ਤੁਹਾਡੇ ਕੋਲ 2 ਸਾਲਾਂ ਦਾ ਲੈਬੋਰੇਟਰੀ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ। ਅਤੇ ਇਹਦੇ ਵਿੱਚ ਜੋ ਤੁਹਾਨੂੰ ਸੈਲਰੀ ਦਿੱਤੀ ਜਾਊਗੀ 25,000 ਪਰ ਮੰਥ ਦਿੱਤੀ ਜਾਊਗੀ, ਅਤੇ ਤੁਹਾਡਾ ਜੋ ਇੰਟਰਵਿਊ 2/12/2019 ਨੂੰ ਉੱਥੇ ਹੀ ਕੰਡਕਟ ਕਰਵਾਇਆ ਜਾਊਗਾ ਚੰਡੀਗੜ੍ਹ ਦੇ ਵਿੱਚ, ਤੁਸੀਂ ਧਿਆਨ ਦੇ ਵਿੱਚ ਰੱਖਣਾ, ਠੀਕ ਹੈ। ਅਤੇ ਉਸ ਤੋਂ ਅਗਲੀ ਜੋ ਵੈਕੈਂਸੀ ਹੈ ਉਹ ਲੈਬ ਟੈਕਨੀਸ਼ੀਅਨ ਦੀ ਵੈਕੈਂਸੀ ਹੈ, ਵਾਇਰਲ ਲੋਡ ਟੈਸਟਿੰਗ ਲੈਬ GMC ਅੰਮ੍ਰਿਤਸਰ ਦੇ ਵਿੱਚ, ਅਤੇ ਇਹਦੀ ਵੀ ਇੱਕ ਵੈਕੈਂਸੀ ਹੈ। ਇਹਦੇ ਲਈ ਤੁਹਾਡੇ ਕੋਲ BSc ਬਾਇਓਟੈਕਨੋਲੋਜੀ ਜੇਕਰ ਕੀਤੀ ਹੈ, ਜਾਂ ਫਿਰ ਤੁਸੀਂ ਗ੍ਰੈਜੂਏਟ ਹੋ ਮੈਡੀਕਲ ਲੈਬੋਰੇਟਰੀ ਟੈਕਨੋਲੋਜੀ ਦੇ ਵਿੱਚ, ਠੀਕ ਹੈ, ਤਾਂ ਤੁਸੀਂ ਇਹ ਵੈਕੈਂਸੀ ਲਈ ਅਪਲਾਈ ਕਰ ਸਕਦੇ ਹੋ। ਇਹਦੀ ਜੋ ਤੁਹਾਨੂੰ ਸੈਲਰੀ ਦਿੱਤੀ ਜਾਊਗੀ 20,000 ਪਰ ਮੰਥ ਦਿੱਤੀ ਜਾਊਗੀ, ਅਤੇ ਤੁਹਾਡਾ ਜੋ ਇੰਟਰਵਿਊ ਹੋਊਗਾ ਤੁਸੀਂ ਆਪਣੇ ਸਾਰੇ ਡਾਕੂਮੈਂਟ ਲੈ ਕੇ ਜਿੱਥੇ ਜਾਣਾ ਸੇਮ ਐਡਰੈਸ 'ਤੇ ਜਾਣਾ, ਬਸ ਤੁਹਾਡਾ ਜੋ ਇੰਟਰਵਿਊ 5/12/2019 ਨੂੰ ਹੋਊਗਾ, 5 ਦਸੰਬਰ ਨੂੰ ਕੰਡਕਟ ਕਰਵਾਇਆ ਜਾਊਗਾ, ਠੀਕ ਹੈ। ਤਾਂ ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਅਤੇ ਉਸ ਤੋਂ ਬਾਅਦ ਇਸੇ ਵੈਕੈਂਸੀ ਲਈ ਤੁਹਾਨੂੰ ਐਕਸਪੀਰੀਅੰਸ ਵੀ ਚਾਹੀਦਾ, 1 ਸਾਲ ਦਾ ਐਕਸਪੀਰੀਅੰਸ ਜੇਕਰ ਤੁਹਾਡੇ ਕੋਲ ਮੋਲੀਕੂਲਰ ਡਾਇਗਨੋਸਟਿਕ ਲੈਬੋਰਟਰੀ ਫੋਰ ਗ੍ਰੈਜੂਏਟ ਇਨ ਸਾਇੰਸ, ਜਿਹੜੇ ਕੈਂਡੀਡੇਟ ਗ੍ਰੈਜੂਏਟ ਇਨ ਸਾਇੰਸ ਦੇ ਵਿੱਚ ਹੈ ਉਹਨਾਂ ਕੋਲ ਜੇਕਰ 1 ਸਾਲ ਦਾ ਐਕਸਪੀਰੀਅੰਸ ਹੈ ਤਾਂ ਉਹ ਚੱਲ ਜਾਊਗਾ, ਠੀਕ ਹੈ। ਤਾਂ ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਅਤੇ ਜੇਕਰ ਕੋਈ ਡਿਪਲੋਮਾ ਵਾਲਾ ਕੈਂਡੀਡੇਟ ਆ ਉਹਦੇ ਲਈ 2 ਸਾਲਾਂ ਦਾ ਐਕਸਪੀਰੀਅੰਸ ਚਾਹੀਦਾ, ਠੀਕ ਹੈ, ਤੁਸੀਂ ਧਿਆਨ ਦੇ ਵਿੱਚ ਰੱਖਣਾ। ਉਸ ਤੋਂ ਕਾਉਂਸਲਰ ਦੀ ਜੋ ਵੈਕੈਂਸੀ ਹੈ, ਇਹਦੀਆਂ 2 ਵੈਕੈਂਸੀਜ਼ ਆਊਟ ਹੋਈਆਂ ਨੇ, ਤਾਂ ਇਹਦੇ ਲਈ ਤੁਹਾਡੀ ਮਾਸਟਰ ਡਿਗਰੀ ਸੋਸ਼ਲ ਵਰਕ ਦੇ ਵਿੱਚ ਕੀਤੀ ਹੋਣੀ ਚਾਹੀਦੀ ਹੈ, ਸੋਸ਼ੋਲੋਜੀ, ਸਾਈਕੋਲੋਜੀ ਜਾਂ ਫਿਰ ਐਂਥਰੋਪੋਲੋਜੀ ਦੇ ਵਿੱਚ, ਠੀਕ ਹੈ। ਤਾਂ ਜੇਕਰ ਇਹਨਾਂ ਵਿੱਚੋਂ ਤੁਹਾਡੀ ਕਿਸੇ ਵੀ ਫੀਲਡ ਦੇ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਹੈ ਤਾਂ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ। ਤੁਹਾਨੂੰ ਜੋ ਸੈਲਰੀ ਮਿਲੂਗੀ 13,000 ਪਰ ਮੰਥ ਮਿਲੂਗੀ, ਅਤੇ ਤੁਹਾਡਾ ਜੋ ਇੰਟਰਵਿਊ ਕੰਡਕਟ ਕਰਵਾਇਆ ਜਾਊਗਾ 6/12/2019 ਨੂੰ ਕੰਡਕਟ ਕਰਵਾਇਆ ਜਾਊਗਾ, ਸੇਮ ਐਡਰੈਸ ਹੈ, ਤੁਸੀਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਵਿੱਚ ਜਾ ਕੇ ਰਿਪੋਰਟ ਕਰਨਾ ਹੈ, ਠੀਕ ਹੈ। ਤਾਂ ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਅਤੇ ਇੱਥੇ ਜੋ ਐਜੈਂਸ਼ੀਅਲ ਡਾਕੂਮੈਂਟਸ ਆ ਉਹਨਾਂ ਬਾਰੇ ਇਨਫੋਰਮੇਸ਼ਨ ਦਿੱਤੀ ਹੋਈ ਹੈ, ਤੁਸੀਂ ਖੁਦ ਇਸ ਨੂੰ ਪੜ੍ਹ ਲੈਣਾ ਵੀਡੀਓ ਨੂੰ ਪੌਜ਼ ਕਰਕੇ, ਠੀਕ ਹੈ। ਅਤੇ ਉਸ ਤੋਂ ਬਾਅਦ ਜੋ ਵੈਕੈਂਸੀਜ਼ ਆਊਟ ਹੋਈਆਂ ਨੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਕਪੂਰਥਲਾ ਦੇ ਵਿੱਚ, ਉਸ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ। ਅਤੇ ਇਹਨਾਂ ਵੈਕੈਂਸੀਜ਼ ਨੂੰ ਅਪਲਾਈ ਕਰਨ ਦੀ ਸਭ ਤੋਂ ਪਹਿਲਾਂ ਲਾਸਟ ਡੇਟ ਤੁਸੀਂ ਵੇਖ ਲਵੋ 29/12/2019 ਹੈ, 29 ਦਸੰਬਰ 2019। ਅਤੇ ਇਹ ਜੋ ਵੈਕੈਂਸੀਜ਼ ਹੈ ਇਹਨਾਂ ਵਿੱਚੋਂ ਪਹਿਲੀ ਜੋ ਵੈਕੈਂਸੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੀ ਹੈ, ਜਿਹਦੀ ਇੱਕ ਵੈਕੈਂਸੀ ਹੈ, ਅਤੇ ਤੁਹਾਨੂੰ ਜੋ ਤਨਖਾਹ ਦਿੱਤੀ ਜਾਊਗੀ ਉਹ 33,250 ਰੁਪਏ ਦਿੱਤੀ ਜਾਊਗੀ। ਅਤੇ ਦੂਜੀ ਵੀ ਜੋ ਵੈਕੈਂਸੀ ਉਹ ਬਾਲ ਸੁਰੱਖਿਆ ਅਫਸਰ ਦੀ ਵੈਕੈਂਸੀ ਹੈ, ਅਤੇ ਇਹਦੀਆਂ ਵੀ 1 ਅਸਾਮੀ ਹੈ, ਅਤੇ ਇਹਦੇ ਲਈ ਜੋ ਤੁਹਾਨੂੰ ਸੈਲਰੀ ਦਿੱਤੀ ਜਾਊਗੀ 21,000 ਰੁਪਇਆ ਸੈਲਰੀ ਦਿੱਤੀ ਜਾਊਗੀ। ਅਤੇ ਇਹਦਾ ਜੋ ਡਿਟੇਲ ਨੋਟੀਫਿਕੇਸ਼ਨ ਆ ਕਿ ਐਲੀਜੀਬਿਲਟੀ ਕ੍ਰਾਈਟੀਰੀਆ ਕੀ ਹੈ, ਸਿਲੈਕਸ਼ਨ ਤੁਹਾਡੀ ਕਿਵੇਂ ਹੋਊਗੀ, ਉਹ ਸਾਰੀ ਜੋ ਇਨਫੋਰਮੇਸ਼ਨ ਆ
ਉਹ ਤੁਸੀਂ ਮਤਲਬ ਕਿ ਇਹਨਾਂ ਦੀ ਜੋ ਅਫੀਸ਼ੀਅਲ ਸਾਈਟ ਆ ਉੱਥੇ ਜਾ ਕੇ ਪੜ੍ਹ ਸਕਦੇ ਹੋ, ਅਤੇ ਇੱਥੋਂ ਤੁਸੀਂ ਇਹਨਾਂ ਦੀ ਅਫੀਸ਼ੀਅਲ ਸਾਈਟ ਤੋਂ ਇੱਕ ਪਰਫੋਰਮਾ ਡਾਊਨਲੋਡ ਕਰਕੇ ਇਹਨਾਂ ਨੂੰ ਸੈਂਡ ਕਰਨਾ ਏਜੈਂਸ਼ੀਅਲ ਡਾਕੂਮੈਂਟਸ ਦੇ ਨਾਲ 29/12/2019 ਤਾਈਂ, ਸਮਾਂ 5 ਵਜੇ ਤੱਕ, ਠੀਕ ਹੈ। ਤਾਂ ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਤਾਂ ਇਹੀ ਵੈਕੈਂਸੀਜ਼ ਆਪਾਂ ਅੱਜ ਦੇ ਇਸ ਵੀਡੀਓ ਲੈਸਨ ਦੇ ਵਿੱਚ ਡਿਸਕਸ ਕਰਨੀਆਂ ਸੀ, ਜਿੱਥੇ ਹੁਣ ਆਪਾਂ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਲੈਸਨ ਦੇ ਵਿੱਚ। ਥੈਂਕ ਯੂ।